ਮੋਹਾਲੀ ਅਤੇ ਚੰਡੀਗੜ੍ਹ ਵਿੱਚ ਹੁੰਦੀ ਹੈ। ਨਾਲੇ ਦੇ ਗੰਦੇ ਅਤੇ ਜ਼ਹਿਰੀਲੇ ਪਾਣੀ ਦੀ ਸਿੰਚਾਈ ਨਾਲ ਉਗਾਈ ਜਾਂਦੀਆਂ ਸਬਜ਼ੀਆਂ ਦੀ ਸਪਲਾਈ ਚੰਡੀਗੜ੍ਹ ਤੋਂ ਜਗਤਪੁਰਾ ਹੁੰਦੇ ਹੋਏ ਦੈੜੀ ਤੇ ਹੋਰ ਪਿੰਡਾਂ ਰਾਹੀਂ ਬਨੂੜ ਤੱਕ ਜਾਂਦੇ ਗੰਦੇ ਨਾਲੇ ਦੇ ਜ਼ਹਿਰੀਲੇ ਪਾਣੀ ਦੀ ਸਿੰਚਾਈ ਨਾਲ ਬੀਜੀਆਂ ਜਾ ਰਹੀਆਂ ਸਬਜ਼ੀਆਂ ਬਾਅਦ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਹੀ ਵੇਚੀਆਂ ਜਾਂਦੀਆਂ ਹਨ ਤੇ ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਥਾਨਕ ਵਸਨੀਕ ਬਾਜ਼ਾਰ ਵਿੱਚੋਂ ਜਿਹੜੀ ਸਬਜ਼ੀ ਖਰੀਦ ਕੇ ਖਾ ਰਹੇ ਹਨ ਉਹ ਕਿਸ ਹੱਦ ਤੱਕ ਜ਼ਹਿਰੀਲੀ ਹੋ ਸਕਦੀ ਹੈ। ਕਿਸਾਨਾਂ ਵੱਲੋਂ ਇਸ ਗੰਦੇ ਨਾਲੇ ਵਿੱਚ ਪਾਈਪ ਸੁੱਟ ਕੇ ਇਹ ਗੰਦਾ ਪਾਣੀ ਆਪਣੇ ਖੇਤਾਂ ਵਿੱਚ ਉਗਾਈਆਂ ਜਾ ਰਹੀਆਂ ਸਬਜ਼ੀਆਂ ਅਤੇ ਹੋਰ ਫਸਲਾਂ ਨੂੰ ਲਗਾਇਆ ਜਾ ਰਿਹਾ ਹੈ ਤੇ ਇਸ ਜ਼ਹਿਰੀਲੇ ਪਾਣੀ ਨਾਲ ਉੱਗਣ ਵਾਲੀਆਂ ਸਬਜ਼ੀਆਂ ਵੀ ਜ਼ਹਿਰੀਲੀਆਂ ਹੋ ਜਾਂਦੀਆਂ ਹਨ ਜਿਹੜੀਆਂ ਆਮ ਲੋਕਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੀਆਂ ਹੋ ਸਕਦੀਆਂ ਹਨ। ਇਸ ਬਾਰੇ ਗੱਲ ਕਰਨ ਤੇ ਕਿਸਾਨ ਕਹਿੰਦੇ ਹਨ ਕਿ ਇਹ ਪਾਣੀ ਲਗਾਉਣਾ ਉਹਨਾਂ ਦੀ ਮਜਬੂਰੀ ਹੈ। ਇੱਕ ਕਿਸਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਜਨਾਬ ਇਹ ਜਿਹੜਾ ਆਪਾਂ ਪਾਣੀ ਦੀ ਗੱਲ ਕਰ ਰਹੇ ਹਾਂ ਅਸਲ 'ਚ ਇਹ ਕਿਸਾਨ ਦੀ ਮਜਬੂਰੀ ਹੈ। ਕਿਸਾਨ ਕੀ ਕਰੇ, ਇੱਥੇ 2-4 ਕਿੱਲਿਆਂ ਤੋਂ ਜਿਹੜੀ ਕਿਸਾਨੀ ਹੈ ਉਹ ਜ਼ਿਆਦਾਤਰ 2-4 ਕਿੱਲਿਆਂ ਵਾਲੀ ਹੈ ਅਤੇ 2-4 ਕਿੱਲਿਆਂ ਵਾਲੀ ਕਿਸਾਨੀ ਦੇ ਬਾਸੋਂ ਬਾਹਰ ਹੈ ਕਿ ਉਹ 500 ਫੁੱਟ 700 ਫੁੱਟ ਡੂੰਘਾ ਬੋਰ ਕਰਾ ਲਵੇ ਜਿਹਦੇ 'ਤੇ ਲੱਖਾਂ ਰੁਪਇਆ ਖਰਚ ਆਉਂਦਾ। ਕਿਸਾਨ ਨੂੰ ਤਾਂ ਅੱਜ ਆਪਣੇ ਬੱਚੇ ਪੜ੍ਹਾਉਣੇ, ਫਸਲ ਪਾਲਣੀ ਹੋਰ ਬਹੁਤ ਮੁਸ਼ਕਲ ਹੋਇਆ ਪਿਆ ਅਤੇ ਇਹਦੇ 'ਚ ਜੇ ਕਿਸਾਨ ਡੂੰਘਾ ਬੋਰ ਕਰਾਏਗਾ ਉਹਦੇ ਬਸਦਾ ਨਹੀਂ ਹੈਗਾ। ਇਸ ਕਰਕੇ ਸਾਰਾ ਕੁਛ ਮਜਬੂਰੀ 'ਚ ਹੋ ਰਿਹਾ। ਜੇਕਰ ਅਸੀਂ ਇਹ ਪਾਣੀ ਨਹੀਂ ਲਾਵਾਂਗੇ ਤਾਂ ਸਾਡੇ ਤਾਂ ਖੇਤ ਬੰਜਰ ਹੋ ਜਾਣਗੇ। ਇੱਥੇ ਪਹਿਲੇ ਵੀ ਜਿਵੇਂ ਨਾਲ ਪਿੰਡ ਹੈਗਾ ਮਾਨਕਪੁਰ ਕੱਲਰ, ਇੱਥੇ ਸਾਰੇ ਕੱਲਰਾਂ ਦਾ ਪਿੰਡ ਹੁੰਦਾ ਸੀ ਅਤੇ ਇਹ ਪਾਣੀ ਲਾ ਲਾ ਕੇ ਖੇਤਾਂ ਨੂੰ ਤਾਂ ਕਿਤੇ ਇਹ ਫਸਲ ਥੋੜ੍ਹੀ ਬਹੁਤੀ ਅਸੀਂ ਉਗਾਉਣ ਦੇ ਕਾਬਲ ਹੋਏ ਹਾਂ, ਪਰ ਉਹ ਜਿਹੜਾ ਬੋਰ ਕਰਾਉਣਾ ਡੂੰਘਾ ਟਿਊਬਵੈਲ ਉਹ ਕਿਸਾਨਾਂ ਦੇ ਵੱਸ ਦਾ ਨਹੀਂ ਹੈ। ਇਸ ਕਰਕੇ ਪਾਣੀ ਲਾਉਣਾ ਸਾਡੀ ਮਜਬੂਰੀ ਹੈਗੀ ਹੈ। ਇਸ ਸੰਬੰਧੀ ਪੰਜਾਬ ਅਗੇਂਸਟ ਕਰਪਸ਼ਨ ਦੇ ਪ੍ਰਧਾਨ ਸ਼੍ਰੀ ਸਤਨਾਮ ਦਾਊ ਕਹਿੰਦੇ ਹਨ, ਉਹ ਇਹ ਜਿਹੜਾ ਨਾਲਾ ਹੈਗਾ ਇਹ ਚੰਡੀਗੜ੍ਹ ਤੋਂ ਨਿਕਲਦਾ, ਚੰਡੀਗੜ੍ਹ ਦੇ ਪਿੰਡਾਂ ਦਾ, ਸ਼ਹਿਰ ਦਾ, ਅਤੇ ਪੰਜਾਬ ਦਾ ਜਿਹੜਾ ਪਹਿਲਾ ਪਿੰਡ ਹੈ ਜਗਤਪੁਰਾ 11 ਫੇਜ ਮੋਹਾਲੀ ਦੇ ਨੇੜੇ, ਉੱਥੋਂ ਐਂਟਰ ਹੁੰਦਾ ਅਤੇ ਇਸ ਸਮੇਂ ਅਸੀਂ ਦੈੜੀ ਪਿੰਡ ਖੜ੍ਹੇ ਹਾਂ ਅਤੇ ਇੱਥੇ ਬਹੁਤ ਸਾਰੇ ਪਿੰਡ ਹੋਰ ਅਸੀਂ ਘੁੰਮ ਕੇ ਆਏ ਹਾਂ। ਦੇਖਿਆ ਕੀ ਹੈ ਕਿ ਸੀਵਰੇਜ ਦਾ ਗੰਦਾ ਪਾਣੀ, ਲੈਟਰਿੰਗਾਂ ਦਾ ਗੰਦਾ ਪਾਣੀ ਪਿੰਡਾਂ ਦਾ, ਸ਼ਹਿਰਾਂ ਦਾ, ਅਤੇ ਇੱਕ ਮੈਂ ਮਾਰਕੀਟ ਦੇਖੀ ਜਿੱਥੇ ਮੀਟ ਮਾਰਕੀਟ ਹੈ, ਉੱਥੇ ਸੂਰ ਵੱਢਦੇ ਹੈ ਕੋਈ ਲੇਬਰ ਕਲੋਨੀ ਵਾਲੇ, ਸੂਰ ਵੱਢਦੇ ਤਾਂ ਗੰਦਾ ਕਚਰਾ ਜਿਹੜਾ ਸੂਰ ਦਾ ਕੋਈ ਆਂਦਰਾਂ ਉਹ ਇੱਥੇ ਸੁੱਟਦੇ ਹੈ ਪਾਣੀ ਦੇ ਵਿੱਚ, ਕੋਈ ਮੁਰਗੇ ਵੱਢਦਾ ਕੋਈ ਹੋਰ ਗੰਦ ਮੰਦ ਕਰਦਾ ਉਹ ਇੱਥੇ ਕਰਦਾ ਇੱਥੇ ਸੁੱਟਦੇ ਹੈ। ਅਤੇ ਅਸੀਂ ਨਾਲੇ ਦੇਖਿਆ ਕਿੰਨਾ ਕਾਲਾ ਪਾਣੀ ਹੈਗਾ ਅਤੇ ਹਜ਼ਾਰਾਂ ਤਰ੍ਹਾਂ ਦੇ ਕੈਮੀਕਲ, ਕੈਮੀਕਲ ਖਾਲੀ ਇਹ ਨਹੀਂ ਹੈ, ਕੈਮੀਕਲ ਲੋਕਾਂ ਦੇ ਕਾਸਟਿਕ ਸੋਡੇ ਵਾਲੇ, ਕੋਈ ਕੱਪੜੇ ਧੋਣ ਵਾਲਾ ਪਾਊਡਰ ਹੈ, ਕੋਈ ਸਾਬਣ ਹੈ, ਕੋਈ ਸ਼ੈਂਪੂ ਹੈ, ਉਹ ਸਾਰੇ ਡੇਂਜਰਸ ਕੈਮੀਕਲ ਇਸ ਪਾਣੀ ਦੇ ਵਿੱਚ ਹੈ ਅਤੇ ਨੇੜੇ ਖੜ੍ਹੇ ਜਾਂਦਾ ਬਦਬੂ ਮਾਰਦੀ ਹੈ। ਇਹ ਪਾਣੀ ਜਿਹੜਾ ਹੁਣ ਤੁਸੀਂ ਆਪਾਂ ਦੇਖਿਆ ਹੈ ਇਹ ਲੋਕ ਖੇਤਾਂ ਨੂੰ ਦੇ ਰਹੇ ਹਾਂ। ਇਹ ਕਿਹਾ ਜਾਂਦਾ ਇਹਨਾਂ ਇਲਾਕੇ 'ਚ, ਇਹਨਾਂ ਪਿੰਡਾਂ 'ਚ ਕਿ ਜੇ 4 ਥੈਲੇ ਯੂਰੀਆ ਪੈਂਦਾ ਕਣਕ ਦੇ ਵਿੱਚ ਤਾਂ ਇੱਥੇ 1/2 ਥੈਲੇ ਨਾਲ ਵੀ ਕੰਮ ਵਧੀਆ ਕਰ ਜਾਂਦਾ। ਅਤੇ ਇਹ ਵੀ ਕਿਹਾ ਜਾਂਦਾ ਕੁਛ ਇਹਨਾਂ ਪਿੰਡਾਂ 'ਚ ਜਿਹੜੇ ਕੋਈ ਗੁੱਜਰ ਜਾਂ ਕੋਈ ਬਾਹਰ ਦੇ ਲੋਕ ਖੇਤੀ ਕਰਦੇ ਆ ਜਾਂ ਲੋਕਲ ਕਿਸਾਨ ਖੇਤੀ ਕਰਦੇ ਆ ਕਿ ਜੇ ਸਾਗ ਇੱਥੇ ਦਾ ਬੜਾ ਵਧੀਆ ਹੁੰਦਾ, ਸ਼ਲਗਮ, ਮੂਲੀ, ਜੇ ਇਹ ਪਾਣੀ ਦੇ ਦੀ ਬਹੁਤ ਬੜਾ ਵਧੀਆ ਹੁੰਦਾ। ਅਤੇ ਟੇਪ ਵਰਮ ਜਿਹੜਾ ਹੈ ਉਹ ਸੂਰ ਦੇ ਮਾਸ 'ਚੋਂ ਆਉਂਦਾ ਅਤੇ ਉਹ ਸਬਜ਼ੀਆਂ ਦੇ ਵਿੱਚ ਚਲਾ ਜਾਂਦਾ, ਕੱਚੀ ਆਪਾਂ ਖਾਂਦੇ ਸਲਾਦ ਦੇ ਤੌਰ 'ਤੇ, ਉਹ ਲੋਕਾਂ ਨੂੰ ਬਿਮਾਰ ਕਰਦਾ। ਸਕਾਈ ਹੱਕ ਟਾਈਮਜ਼ ਲਈ ਰਾਜਕੁਮਾਰ ਅਰੋੜਾ ਦੀ ਰਿਪੋਰਟ।